ਹੱਥਾਂ ਦੇ ਵਿੱਚ ਡਾਂਗਾ ਲੈ ਕੇ ਬੈਠੀਆਂ ਇਹ ਬੀਬੀਆਂ ਇਲਾਕੇ ਦੇ ਵਿੱਚ ਵਿਕ ਰਹੇ ਨਸ਼ੇ ਤੋਂ ਬੇਹੱਦ ਦੁਖੀ ਹਨ, ਜਿਸ ਕਾਰਨ ਮਹਿਲਾਵਾਂ ਨੇ ਠਾਣ ਲਿਆ ਕਿ ਹੁਣ ਉਹ ਇਲਾਕੇ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਣਗੀਆਂ ਅਤੇ ਜੋ ਵੀ ਨਸ਼ਾ ਇਲਾਕੇ ਦੇ ਵਿੱਚ ਵੇਚੇਗਾ ਇਹ ਉਹਨਾਂ ਉੱਤੇ ਡਾਂਗਾ ਵਰਸਾਉਣਗੀਆਂ। ਮਹਿਲਾਵਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਹਨਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਉਹਨਾਂ ਵੱਲੋਂ ਇਹ ਬੀੜਾ ਚੁੱਕਿਆ ਗਿਆ। ਇਹ ਮਹਿਲਾਵਾਂ ਮਾਨਸਾ ਦੇ ਇੱਕ ਮੁਹੱਲੇ ਦੀਆਂ ਰਹਿਣ ਵਾਲੀਆਂ ਨੇ ਜੋ ਚੌਂਕ ਦੇ ਵਿੱਚ ਪਹਿਰਾ ਦੇ ਰਹੀਆਂ ਨੇ। ਹੱਥਾਂ ਦੇ ਵਿੱਚ ਡਾਂਗਾ ਲੈ ਕੇ ਮਹਿਲਾਵਾਂ ਪਿਛਲੇ 30 ਦਿਨਾਂ ਤੋਂ ਪਹਿਰਾ ਦੇ ਰਹੀਆਂ ਨੇ। ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਕਰਕੇ ਆਪਣੇ ਬੱਚਿਆਂ ਨੂੰ ਇਸ ਨਸ਼ੇ ਵਰਗੀ ਨਾ ਮੁਰਾਦ ਆਫਤ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਜੋ ਉਹਨਾਂ ਦੇ ਬੱਚੇ ਇਸ ਨਸ਼ੇ ਦੀ ਭੇਂਟ ਨਾ ਚੜ ਸਕਣ। ਜਾਣਕਾਰੀ ਦਿੰਦੇ ਹੋਏ ਮੁਹੱਲੇ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦੇ ਕੋਲ ਕੁਝ ਲੋਕ ਨਸ਼ਾ ਵੇਚਣ ਆਉਂਦੇ ਸਨ, ਜਿਸ ਦਾ ਗਲਤ ਅਸਰ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਤੇ ਪੈ ਰਿਹਾ ਸੀ। ਇਸ ਗੱਲ ਦੀ ਚਿੰਤਾ ਨੂੰ ਲੈ ਕੇ ਇਹਨਾਂ ਸਾਰੀਆਂ ਭੈਣਾਂ ਨੇ ਇਕੱਠੇ ਹੋ ਕੇ ਇਹ ਬੀੜਾ ਚੁੱਕਿਆ। ਇਸ ਮੌਕੇ ਮਹਿਲਾਵਾਂ ਦਾ ਕਹਿਣਾ ਹੈ ਕਿ ਜੋ ਵੀ ਪਿੰਡ ਦੇ ਵਿੱਚ ਨਸ਼ਾ ਵੇਚਣ ਆਵੇਗਾ ਉਹ ਉਸ ਵਿਅਕਤੀ ਨੂੰ ਨਹੀਂ ਛੱਡਣਗੀਆਂ ਅਤੇ ਉਹਨਾਂ ਵੱਲੋਂ ਇਲਾਕੇ ਦੇ ਵਿੱਚ ਆਉਣ ਵਾਲੇ ਹਰ ਸ਼ਖਸ ਦੀ ਪੁੱਛ ਪੜਤਾਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਸ ਸ਼ਖਸ ਨੂੰ ਇਲਾਕੇ ਦੇ ਵਿੱਚ ਐਂਟਰੀ ਮਿਲਦੀ ਹੈ। ਇਸ ਮੌਕੇ ਮਹਿਲਾਵਾਂ ਦਾ ਕਹਿਣਾ ਹੈ ਕਿ ਪੁਲਿਸ ਇਹਨਾਂ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ, ਜੇ ਕਰਦੀ ਵੀ ਹੈ ਤਾਂ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਰਿਹਾ ਵੀ ਕਰ ਦਿੰਦੀ ਹੈ, ਜਿਸ ਕਾਰਨ ਉਹ ਨਸ਼ਾ ਵੇਚਣ ਵਾਲਿਆਂ ਤੋਂ ਬਹੁਤ ਪਰੇਸ਼ਾਨ ਸਨ ਤੇ ਮਜਬੂਰੀ ਦੇ ਵਿੱਚ ਆ ਕੇ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਤਾਂ ਕਾਰਨ ਹੋਇਆ ਇਹ, ਜਦੋਂ ਹੁਣ ਵਿਹੜੇ ਦੇ ਵਿੱਚ ਸਾਡੇ ਤਾਂ ਘਰੋਂ ਬਾਹਰ ਕੱਢਣ ਵਾਲੇ ਹੋਏ ਪਏ ਸੀ ਜਾਂ ਅੰਦਰ ਵੜਨ ਵਾਲੇ ਲਾ ਲਾ, ਜੇ ਤਾਂ ਬਾਹਰ ਆ ਜਾਂਦੇ ਸੀ ਅੰਦਰ ਵੜਨਾ ਔਖਾ, ਜੇ ਅੰਦਰ ਬੈਠਿਆ ਤਾਂ ਬਾਹਰ ਆਉਣਾ ਔਖਾ। ਸਾਡੇ 3-3 ਟੋਲੀਆਂ ਤਾਂ ਇੱਥੇ ਜੂਏ ਵਾਲਿਆਂ ਦੀਆਂ, 10-10 ਸਾਲ ਦੇ ਬੱਚੇ ਜੂਏ 'ਤੇ ਲੌਂਕੀ ਜਾਂਦੇ, ਉਹ ਆਖਰ ਨੂੰ ਆਪ ਵੀ ਲੱਗਦੇ, ਚਿੱਟਾ ਖਾਂਦਿਆਂ ਨੂੰ ਵੇਖਦੇ ਉਹ ਆਪ ਵੀ ਲੱਗਦੇ ਵੀ ਇਹ ਆ ਕੁਛ ਕਰੀ ਜਾਂਦੇ ਆ। ਮਾਵਾਂ ਦੇ ਢਿੱਡ ਪੁੱਛੇ ਲੋੜੀ ਦੇ ਹੁੰਦੇ ਆ ਵੀ ਸਾਡਾ ਬੱਚਾ ਗਲਤ ਕਦਮ ਨਾ ਚੱਕ ਲਏ ਕਿਤੇ, ਇਸ ਕਾਰਨ ਵੀ ਸਾਡੇ ਬੱਚੇ ਵੇਖ ਵੇਖ ਹੋਰ ਵੀ ਆਪਾਂ ਵੇਖਦੇ ਟੀਕੇ ਲਾ ਲਏ ਉਹ ਕਰ ਲਏ ਮੌਤਾਂ ਹੋ ਗਈਆਂ, ਅਸੀਂ ਇਸ ਕੰਮ ਤੋਂ ਬੱਚੇ ਆਪਦੇ ਪਹਿਲਾਂ ਹੀ ਰੋਕ ਲਏ ਵੀ ਸਾਡੇ ਆਹ ਨੁਕਸਾਨ ਨਾ ਹੋਵੇ ਸਾਡੇ ਬੱਚਿਆਂ ਦਾ। ਸਾਨੂੰ ਤਾਂ ਮਹੀਨੇ ਤੋਂ ਵੀ ਉੱਤੇ ਹੋ ਗਿਆ ਲਾਲਾ, ਕੀ ਫਰਕ ਪਿਆ? ਸਾਡੇ ਪੂਰਾ ਫਰਕ ਹੈ, ਕੋਈ ਬਾਹਰਲਾ ਬੰਦਾ ਨਹੀਂ ਜਾਂਦਾ, ਅੰਦਰੋਂ ਬਾਹਰ ਨਹੀਂ ਜਾਂਦੇ, ਸਾਰੇ ਆਪਦੇ ਘਰੋਂ ਘਰੀ ਹੈ, ਹੁਣ ਸਾਡੇ ਸ਼ਾਂਤੀ ਹੈ, ਅਸੀਂ ਬਹੁਤ ਆਪਦੀ ਆਰਾਮ ਕਰਦਾ। ਫਿਰ ਡਾਂਗ ਵੀ ਭਰੂਗੀ, ਡਾਂਗ ਵੀ ਭਰੂਗੀ ਤੇ ਕੋਈ ਮਦਦੀ ਵੀ ਨਹੀਂ ਆ ਸਕਦਾ ਇੱਥੇ, ਫਿਰ ਜਦੋਂ ਅਸੀਂ ਬੈਠੇ ਹਾਂ ਪਰ ਪ੍ਰਸ਼ਾਸਨ ਨੇ ਨਹੀਂ ਸਾਡੀ ਕੋਈ ਮਦਦ ਕਰੀ, ਕੋਈ ਮਦਦ ਨਹੀਂ ਕਰੀ। ਪ੍ਰਸ਼ਾਸਨ ਤਾਂ ਕਰੂ ਜੇ ਸਰਕਾਰ ਕਹੂਗੀ, ਸਰਕਾਰ ਤਾਂ ਫਿਰ ਆਪ ਭੇਜੀ ਜਾਂਦੀ ਹੈ ਚਿੱਟੇ ਨਸ਼ੇ, ਸਰਕਾਰ ਭੇਜੂ ਫੇਰ ਹੀ ਆਉਣਗੇ। ਹੋਰ ਪਿੰਡਾਂ 'ਚ ਭੈਣਾਂ ਨੇ ਜਿਹੜੀਆਂ ਘਰਾਂ 'ਚ ਬੈਠੀਆਂ ਜਿੱਥੇ ਨਸ਼ਾ, ਜੇ ਉਹ ਵੀ ਬਾਹਰ ਨਿਕਲਣ ਆਪਦੇ ਬੱਚਿਆਂ ਨੂੰ ਬਚਾ ਸਕਦੀਆਂ, ਜਿਹੜੇ 20-20 ਸਾਲ ਦੇ ਟੀਕੇ ਲਾ ਲਾ ਮਰੀ ਜਾਂਦੇ ਆ, ਜੇ ਐਂ ਸਾਡੇ ਵਾਂਗੂ ਨਾਕੇ ਲਾ ਲੈਣ ਆਪਦੇ ਬੱਚਿਆਂ ਨੂੰ ਖਬਰਾਂ ਬਚਾਈ ਲੈਣ। ਕੁਲਵੀਰ ਕੌਰ ਜੀ, ਕਿਉਂ ਬੈਠੇ ਹੋ ਸੜਕਾਂ 'ਤੇ ਨਾਕਾ ਲਾਇਆ, ਕੀ ਕਾਰਨ ਕੀ ਹੈ? ਜੀ ਨਸ਼ਾ ਵਿਕਦਾ ਜੀ, ਨਸ਼ਾ ਖਾਂਦੇ ਆ ਬੱਚੇ, ਉਹ ਵੱਡਿਆਂ ਨੂੰ ਦੇਖ ਕੇ ਛੋਟੇ ਲੱਗਦੇ ਆ ਜੀ, ਉਹਨਾਂ ਕਾਰਨ ਮੈਂ ਬੈਠੇ ਆ ਜੀ। ਕੀ ਕਾਰਨ ਹੋ ਗਿਆ, ਮਤਲਬ ਕਿੰਨੇ ਦਿਨਾਂ ਤੋਂ ਬੈਠੇ ਹੋ, ਕੀ ਫਰਕ ਪਿਆ ਬੈਠਣ ਦੇ ਨਾਲ? ਸਾਡੇ ਬੈਠਣ ਨਾਲ ਬਹੁਤ ਫਰਕ ਪੈ ਗਿਆ ਜੀ, ਬਹੁਤ ਫਰਕ ਪੈ ਗਿਆ ਜੀ ਬੈਠਣ ਨਾਲ, ਹੁਣ ਹਟ ਗਏ, ਆਉਂਦੇ ਨਹੀਂ, ਨਾ ਤਾਂ ਕੋਈ ਬਾਹਰੋਂ ਜਾਂਦੇ ਆਉਂਦੇ ਨਹੀਂ, ਨਾ ਕੋਈ ਅੰਦਰੋਂ ਜਾਂਦਾ ਗਾ। ਉਹ ਕੀ ਰਿਹਾ ਸੀ ਮਹੱਲੇ 'ਚ? ਮਹੱਲੇ 'ਚ ਜੀ ਨਸ਼ਾ ਵਿਕਦਾ ਗਾ, ਦਾਰੂ ਵਿਕਦੀ ਆ ਵਾਧੂ ਮੋੜਾਂ 'ਤੇ ਖੜਖੜ, ਵਿਹੜੇ 'ਚ ਵੇਚਦੇ ਆ, ਕਹਿੰਦੇ ਇੱਥੇ ਹੀ ਵੇਚਾਂਗੇ ਅਸੀਂ, ਹਟਦੇ ਨਹੀਂ, ਤਾਂ ਬੈਠੇ ਹਾਂ ਅਸੀਂ, ਜਿੱਦੇ ਦੇ ਅਸੀਂ ਬੈਠੇ ਹਾਂ ਉਦੇ ਦੇ ਨਾ ਤਾਂ ਅਸੀਂ ਦਾਰੂ ਵੇਚਣ ਦਿੰਦੇ ਹਾਂ, ਨਾ ਕੋਈ ਨਸ਼ਾ ਵੇਚਣ ਦਿੰਦੇ ਹਾਂ।
ਜਿਹੜਾ ਕੋਈ ਖਾਂਦਾ ਵੀ ਆ ਉਹ ਵੀ ਡਰ ਕੇ ਖਾਂਦਾ, ਅਰੇ ਪਰੇ ਪਛੱਕ ਖਾਇਆ ਵੇ ਘਰੇ ਬਹਿ ਕੇ ਨੀ ਖਾਂਦਾ। ਇਹ ਡਾਂਗਾ ਫਿਰ ਫਿਰਨਗੀਆਂ ਵੀ ਉਹਨਾਂ ਫਿਰਨਗੀਆਂ ਜੀ, ਜੇ ਕੋਈ ਅੜ ਗਿਆ ਤੇ ਛੱਡ ਦੇਵਾਂਗੇ ਜੀ, ਅਲਟਾ ਕੇ ਦੇਖੀ ਜਾਓ ਛੱਡ ਦੇਵਾਂਗੇ, ਅਲਟਾ ਕੇ ਜਿਹੜਾ ਕੋਈ ਆਊਗਾ।